ਮੈਂ ਪਟਿਆਲੇ ਏਰੀਆ ਤੋਂ ਬਿਲੋਂਗ ਕਰਦੀ ਹਾਂ, ਸਰਦਾਰਾਂ ਦੀ ਕੁੜੀ ਹਾਂ ਜੱਟਾਂ ਦੀ, ਤੇ ਮੈਂ ਪ੍ਰਭੂ ਚ ਨਹੀਂ ਸੀ ਬਿਲਕੁਲ ਵੀ। ਤੇ ਸਾਡੇ ਗੁਆਂਢ ਦੇ ਵਿੱਚ ਜਾਂਦੇ ਹੁੰਦੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਚੱਲਿਆ ਕਰੋ। ਮੈਂ ਕਿਹਾ ਨਹੀਂ, ਮੈਨੂੰ ਤਾਂ ਕਿਸੇ ਸਿਆਣੇ ਕੋਲੇ ਲੈ ਚੱਲ, ਮੈਂ ਨਹੀਂ ਵਿਸ਼ਵਾਸ ਕਰਦੀ। ਕਹਿੰਦੀ ਨਹੀਂ ਯਾਰ ਤੂੰ ਚੱਲ ਇੱਕ ਵਾਰੀ ਚੱਲ। ਮੈਂ ਚਲੀ ਗਈ ਉੱਥੇ, ਪਰਮੇਸ਼ਵਰ ਦੀ ਇੰਨੀ ਕਿਰਪਾ ਹੋਈ ਮੇਰੇ 'ਤੇ ਨਾ। ਮੈਂ ਇੱਕ ਛੋਟਾ ਜਿਹਾ ਬਿਜ਼ਨਸ ਕਰਦੀ ਹਾਂ ਪਟਿਆਲੇ 'ਚ, ਖੁਦ ਮੈਂ ਇੱਕ ਰੇਹੜੀ ਲਗਾਉਂਦੀ ਅਤੇ ਪਰਮੇਸ਼ਵਰ ਨੇ ਮੈਨੂੰ ਚੱਕਿਆ ਨਾ। ਮੈਂ ਜਾ ਕੇ ਚਰਚ 'ਚ ਰੋਈ, ਮੈਂ ਪਰਮੇਸ਼ਵਰ, ਮੇਰੇ ਨਿੱਕੇ ਨਿੱਕੇ ਬੱਚੇ ਆ ਅਤੇ ਮੈਂ ਕੁਛ ਨਹੀਂ ਦੇ ਸਕਦੀ ਇਹਨਾਂ ਨੂੰ, ਅਤੇ ਪਰਮੇਸ਼ਵਰ ਨੇ ਐਸੀ ਕਿਰਪਾ ਕੀਤੀ, ਮੇਰਾ 1.5 ਮਹੀਨੇ ਦੇ ਅੰਦਰ ਵੀਜ਼ਾ ਲੱਗ ਗਿਆ। ਥੋੜੀ ਪੂਰੀ ਕਰ ਦੇ ਤੂੰ ਗੱਲ, ਗੱਲ ਬਸ ਸੇਮ ਹੈ, ਗੱਲ ਬਸ।